ਬਾਣੀ ਦੇਵਤੇ ਪੜਨ ਲਗਾ ਤੇਰੀ ਮੈਂ ਸਰਨਾ ਓਟ ਤੇਰੀ ਮੈਂ ਤਕਾਈ ਯਾਦ ਕਰਾਰੋ ਦੁਰਾਈ ਹੋ ਜਾ ਆਣ ਕੇ ਸਹਾਈ ਇੰਨੀ ਦੇਰ ਕਿਉਂ ਲਗਾਈ ਕਵਿਤਾ ਉਚਾਰਣੀ ਹਵਾ ਦਾ ਮੰਗਲਾ ਦੀ ਫੁੱਲ ਝੜੀ ਲਾ ਦੀਏ ਮੋਤੀਆਂ ਦੀ ਚੋਗਾ ਹੰਸ ਕਚਹਿਰੀ ਨੂੰ ਜੀ ਸ਼ੌਕ ਨਾਲ ਪਾ ਦੀਏ ਮੋਤੀਆਂ ਦੀ ਚੋਗਾ ਹੰਸ ਕਚਹਿਰੀ ਨੂੰ ਜੀ ਸ਼ੌਕ ਨਾਲ ਪਾ ਦੀਏ ਸਭ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਗੱਜ ਵੱਜ ਕੇ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 13 ਅਪ੍ਰੈਲ ਸਾਨੂੰ 1919 ਨੂੰ ਵਿਸਾਖੀ ਵਾਲੇ ਦਿਨ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਹੋਏ ਇਤਿਹਾਸਿਕ ਖੂਨੀ ਸਾਕੇ ਨੂੰ ਜਦੋਂ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਨੇ ਪੜਿਆ ਤਾਂ ਉਹਦੀਆਂ ਨੇਤਰਾਂ ਦੇ ਵਿੱਚ ਲਹੂ ਆ ਗਿਆ ਅਤੇ ਉਹ ਸਮੇਂ ਉਹ ਦ੍ਰਿਸ਼ ਉਸਦੀਆਂ ਅੱਖਾਂ ਸਾਹਮਣੇ ਹੇ ਇਉਂ ਕੰਮਣ ਲੱਗਾ ਐਡੇ ਵੱਡੇ ਇਕੱਠ ਦੀ ਜੁੜੀ ਦੇਖ ਕੇ ਭੀੜ ਪਾਪੀ ਜਨਰਲ ਡੈਰ ਨੇ ਗੰਨਾ ਦਿੱਤੀਆਂ ਬੀੜ ਹੁੰਦੀਆਂ ਤਕਰੀਰਾਂ ਹੋ ਗਿਆ ਪੰਚਕ ਦਾ ਟੈਮ ਸੁਣੋ ਆ ਗਿਆ ਹੜਵੈਰ ਪੂਰਾ ਹੋ ਕੇ ਤੇ ਕੈਮ ਸੁਣੋ ਨਾਲ ਸੀ ਫੌਜੀ 90 ਉਹ ਵੀ ਬੇਰੈਮ ਸੁਣੋ ਭੱਜਣ ਨੂੰ ਰਾਹ ਨਾ ਛੱਡਿਆ ਚਾਰੇ ਹੀ ਕੂਟਕਨੀ ਜਿਉਂਦਾ ਨਾ ਜਾਵੇ ਕੋਈ ਗੋਲੀ ਦੀ ਛੂਟ ਕਰੀ ਜਿਉਂਦਾ ਨਾ ਜਾਵੇ ਕੋਈ ਮਿਲ ਗਿਆ ਸੀ ਖਾਣਾ ਰਜਮਾ ਭੁੱਖੀਆਂ ਬੰਦੂਕਾਂ ਨੂੰ ਕੰਬ ਗਿਆ ਸੀ ਆਲਮ ਸੁਣ ਕੇ ਹਿੰਦ ਦੀਆਂ ਕੂਕਾਂ ਨੂੰ ਮੌਤ ਮਹਿਬੂਬ ਮਿਲ ਗਈ ਕਈਆਂ ਮਾਸੂਕਾਂ ਨੂੰ ਬਹੁਤਿਆਂ ਦੇ ਅੱਡੋ ਅੱਡੀ ਕਰਦੇ ਸਿਰ ਪੈਰ ਨੇ ਹਿੰਦੂ ਸਿੱਖ ਮੋਮਣ ਪੁੰਨੇ ਗੰਨਾ ਦੇ ਫੈਰ ਨੇ ਪਰ ਕੀ ਨਾ ਜਾਤ ਕਿਸੇ ਦੀ ਦਾਣਿਆਂ ਚੋਂ ਪੁੰਨੇ ਉੱਥੇ ਗਨ ਮਸ਼ੀਨਾਂ ਨੇ ਬੱਚਿਆਂ ਦੇ ਢਿੱਡ ਪਾੜਤੇ ਤਿੱਖੀਆਂ ਸ਼ੌਕੀਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਬਾਗ ਚੋਂ ਜੀਨਾਂ ਨੇ ਓਲੇ ਵਿੱਚ ਖੜਾ ਸਿਪਾਹੀ ਮੱਥੇ ਵਿੱਚ ਡਾਗ ਪਵੇ ਕੋਈ ਨਾ ਸੁਣਦਾ ਦਰਦੀ ਚਿਆਂਗ ਤੇ ਚਿਆਂਗ ਪਵੇ ਕੋਈ ਨਾ ਸੁਣਦਾ ਦਰਦੀ ਅਮਰ ਬਾਗ ਦੇ ਜਿਹੜੇ ਦਾ ਡੁੱਲ ਗਿਆ ਬੂਟਾ ਹੋ ਖੜਾ ਜ਼ਮੀਨ ਤੇ ਉੱਤੇ ਆ ਬੁੱਲ ਗਿਆ ਦਿੱਤੀ ਕੁਰਬਾਨੀ ਜੀਣੇ ਪੂਰਾ ਹੀ ਮੁੱਲ ਪਿਆ ਕੀਤਾ ਨਾ ਤਰਸ ਜਰਾ ਵੀ ਪਾਪੀ ਅਡਵੈਰ ਨੇ ਹਿੰਦੂ ਸਿੱਖ ਮੋਮਣਾ ਪੁੰਨੇ ਗੰਨਾ ਦੇ ਬੈਰ ਨੇ ਪਰ ਕੀ ਨਾ ਜਾਤ ਕਿਸੇ ਦੀ ਪੈ ਗਿਆ ਦਰ ਥੱਲਾ ਸੈਕੜ ਸੈਕੜ ਮੁੱਕ ਗਈਆਂ ਗੋਲੀਆਂ ਪੁੱਤਾਂ ਨੂੰ ਮਾਮਾ ਉੱਥੇ ਠਿਆਈਆਂ ਨਾ ਟੋਲੀਆਂ ਨਿਆਣੀਆਂ ਜਿੰਦਾ ਹੇਠਾਂ ਪੈਰਾਂ ਦੇ ਰੋਲੀਆਂ ਉੱਠਿਆ ਨਾ ਜਾਵੇ ਡਿੱਗਦਾ ਧਰਤ ਤੇ ਜਿਹੜਾ ਲੋ ਕਹਿੰਦੇ ਨੇ ਗੋਰਿਆ ਤੇਰਾ ਬੈਠੂਗਾ ਬੇੜਾ ਲੋ ਕਹਿੰਦੇ ਨੇ ਗੋਰਿਆ ਤੇਰਾ ਸੁਣ ਕੇ ਉਹ ਸਾਕਾ ਪਰਜਾ ਭਾਰਤ ਦੀ ਭੜਕੀ ਹੈ ਦੇਰ ਦੀ ਲੱਗੀ ਹੋਈ ਉਹ ਤਾਂ ਸੱਟ ਰੜਕੀ ਹੈ ਬਿਜਲੀ ਆ ਭਗਤ ਸਿੰਘ ਦੇ ਸੀਨੇ ਤੇ ਕੜਕੀ ਹੈ ਉਹ